ठीक है ना, तू भी किसी की भैन है किसी की धी है, ठीक है ना गल, पर ये घरे तरह ब्याह जिसे घरे ब्याह तरह घरे पैसे ना हूँ मैंने ये चीजा का पता, मेरिया भी भैन रही नहीं दो, ठीक है मैं किए ब्याह किए नहीं, कुड़िया आके मेरे को रोटियां नहीं है, तू सोच भी तेरी भैन है, ठीक है ना गल, तू उधर भी 10-15 हज़ार वाली नौकरियां देखे, तेरी भैन है, मैं किसी रुखा बोलना, मेरा मन नहीं करता मैं रुखा बोला, मैं हानिसार बोलना पैदा, कुछ का ब्याह तरह माँ बाप कितों पैसे लेके आए, ठीक है ना, ਉਹਨੂੰ ਕਹਿਦਾ ਵਿਆਹ ਤਰਿਆ ਹੋਇਆ ਕਹਿੰਦੇ ਫਿਰ ਉਹ ਅੱਕਿਆ ਹੋਇਆ ਕਹਿੰਦੇ ਊਂ ਨੀ ਚਾਹੁੰਦਾ ਕਿਸੇ ਨਾਲ ਵਿਗਾੜ ਪਾਉਣਾ, ਫਿਰ ਦਫ਼ਤਰ ਵੀ ਹੋਊ ਅੱਕਿਆ ਹੋਇਆ ਉਹ ਜਿਹੜੀ ਕੁੜੀ ਦਾ ਵਿਆਹ ਤਰਿਆ, ਹੁਣ ਇਹ ਕੁੜੀ ਦਾ ਕਿੱਧਰ ਜਾਵੇ ਆਨੰਦ ਕਾਰਜ ਨੇ ਇਹ ਦੱਸ, ਭੈਣ ਮੇਰੀ ਸਾਡਾ ਕਿਹੜਾ ਲੋਕਾਂ ਦਾ ਘੱਟ ਉਹ ਕੰਮ ਹੈ, ਸਾਡੇ ਕੋਲੇ ਕਿਹੜਾ ਘੱਟ, ਅਸੀਂ ਤੁਸੀਂ ਕੰਮ ਥੱਕ ਤੁਸੀਂ ਲੋਕ ਰਹੇ ਸੁਲਝਾ, ਅਸੀਂ ਲੋਕਾਂ ਦਾ ਕੰਮ ਰਹੇ ਹਾਂ, ਇਹ ਸਾਡੇ ਮੂਹਰੇ ਤੁਹਾਡਾ ਐਟੀਟਿਊਡ ਨਹੀਂ ਚੱਲਣਾ ਵੀ ਅਸੀਂ ਦਫ਼ਤਰ ਦੇ ਵਿੱਚ ਸਾਡਾ ਜੀ ਸਾਰਾ ਬੌਸ ਨੇ ਸਾਡੇ, ਸਾਡੇ ਮੂਹਰੇ ਕੋਈ ਬੌਸ ਬੂਸ ਨਹੀਂ ਚੱਲਦਾ, ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ, ਕੁੜੀ ਦਾ ਧਰਿਆ ਹੋਇਆ ਵਿਆਹ, ਠੀਕ ਹੈ ਨਾ, ਤੂੰ ਵੀ ਕਿਸੇ ਦੀ ਭੈਣ ਆ ਕਿਸੇ ਦੀ ਧੀ ਆ, ਠੀਕ ਹੈ ਨਾ ਗੱਲ, ਪਰ ਇਹਦੇ ਘਰੇ ਧਰਿਆ ਹੋਇਆ ਵਿਆਹ, ਜਿਹਦੇ ਘਰੇ ਵਿਆਹ ਧਰਿਆ ਹੋਵੇ ਘਰੇ ਪੈਸੇ ਨਾ ਹੁਣ ਮੈਨੂੰ ਇਹ ਚੀਜ਼ਾਂ ਦਾ ਪਤਾ, ਮੇਰੀਆਂ ਵੀ ਭੈਣਾਂ ਰਹੀਆਂ ਨੇਗੀਆਂ ਦੋ, ਠੀਕ ਆ ਮੈਂ ਕਿਵੇਂ ਵਿਆਹ ਕੀਤੇ ਨੇ, ਜਿਹਦੇ ਘਰੇ ਵਿਆਹ ਧਰਿਆ ਹੋਵੇ ਨਾ ਆਪਾਂ ਨਾ ਚੰਡੀਗੜ੍ਹ ਦੇ ਵਿੱਚ ਚੰਗੀਆਂ ਜ਼ਿੰਦਗੀ ਹੰਢਾ ਰਹੇ ਹਾਂ, ਚੰਗੇ ਆਪਣੇ ਕੋਲ ਗੱਡੀਆਂ ਨੇ, ਚੰਗੇ ਆਪਣੇ ਦਫ਼ਤਰ ਨੇ, ਜਿਹੜੇ ਘਰੇ ਨਾ ਜਿਹਦੇ ਵਿਆਹ ਧਰਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੈਂ ਪੈਸੇ ਕਿੱਥੋਂ ਲੈ ਕੇ ਆਉਣੇ, ਠੀਕ ਹੈ ਨਾ, ਭੈਣ ਮੇਰੀ ਤੂੰ ਮੇਰੀ ਭੈਣ ਆ, ਉਹਨੂੰ ਪੂਰਾ ਤੇਰੇ ਸਰ ਨੂੰ ਇਹ ਚੀਜ਼ ਦਾ ਜਵਾਬ ਦੇ ਦੇ, ਉਹਨੂੰ ਕਹਿ ਦੇ ਤੇਰੇ ਸਰ ਨੂੰ, ਕਹਿੰਦੇ ਭਾਣੇ ਸਿੱਧੇ ਨਾਲ ਗੱਲ ਕਰ ਲਓ, ਕੁੜੀ ਦਾ ਵਿਆਹ ਤਰਿਆ ਹੋਇਆ, ਕੁੜੀ ਦਾ ਕਿੱਥੋਂ ਲੈ ਕੇ ਆਵੇ ਮਾਂ ਬਾਪ ਪੈਸੇ, ਭੈਣੇ ਗੱਲ ਸੁਣ, ਆਪਾਂ ਤਕਲੀਫ਼ ਕਿਉਂ ਨਹੀਂ ਸਮਝਦੇ ਬੰਦੇ ਦੀ, ਭੈਣ ਮੇਰੀ ਮੇਰਾ ਇਸ ਗੱਲ ਤੋਂ ਖੂਨ ਮੱਚਦਾ, ਲੋਕ ਅਗਲਾ ਆ ਕੇ ਕਹਿੰਦਾ ਵੀ ਮੇਰੇ ਨਾਲ ਆਹ ਕੁਛ ਹੋਇਆ ਪਿਆ, ਬਾਈ ਕੁੜੀਆਂ ਆ ਕੇ ਮੇਰੇ ਕੋਲ ਰੁਲਦੀਆਂ ਨੇਗੀਆਂ, ਤੂੰ ਸੋਚ ਇਹ ਵੀ ਤੇਰੀ ਭੈਣ ਆ ਇਹ, ਠੀਕ ਆ ਨਾ ਗੱਲ, ਤੂੰ ਉਧਰ ਆਪਦੀ 10-15 ਹਜ਼ਾਰ ਵਾਲੀ ਨੌਕਰੀਆਂ ਦੇਖੇ, ਤੇਰੀ ਭੈਣ ਆ, ਮੈਂ ਕਿਸੇ ਨੂੰ ਰੁੱਖਾ ਬੋਲਣਾ, ਮੇਰਾ ਮਨ ਨਹੀਂ ਕਰਦਾ ਮੈਂ ਰੁੱਖਾ ਬੋਲਾਂ, ਮੈਨੂੰ ਹਾਨੀਸਾਰ ਨੂੰ ਬੋਲਣਾ ਪੈਂਦਾ, ਤੂੰ ਕਿਸੇ ਦੀ ਹਾਂ, ਮੇਰੀ ਭੈਣ ਮੇਰੀ ਉਹਨੂੰ ਤੇਰੇ ਸਰ ਨੂੰ ਮੇਰੇ ਨਾਲ ਗੱਲ ਕਰਾ, ਇਹ ਕੁੜੀ ਦਾ ਵਿਆਹ ਹੈ ਧਰਿਆ ਹੋਇਆ, ਇਹਦੀ ਮਾਂ ਖੜੀ ਆ, ਅੰਮ੍ਰਿਤ ਛਕਿਆ ਹੋਇਆ, ਅੰਮ੍ਰਿਤਧਾਰੀ ਪਰਿਵਾਰ ਆ, ਕੀ ਆ ਬੰਦੇ ਨਾਲ ਹਨਾ, ਕੀ ਕਰਨਗੇ ਦੱਸ, ਕਿੱਧਰ ਜਾਣਗੇ, ਕਰਨਾ ਡਰਾਈਵ ਕਰਨੀ, ਉਹ ਬੈਠਾ ਵੀ ਕਹਿ ਦੇਣਾ ਕੋਈ ਇਹ ਲੈ ਕੇ ਪੈਸਾ ਲਗਜ਼ਰੀ ਲਾਈਫ ਹੰਢਾਉਣੀ, ਇਹ ਗੱਲ ਚੰਗੀ ਨਹੀਂ ਹੈਗੀ, ਅੱਜ ਤੱਕ ਹਾਂ ਭੈਣ ਮੇਰੀ ਉਹਨੂੰ ਕਹਿ, ਉਹਨੂੰ ਕਹਿੰਦੇ ਉਹਦਾ ਵਿਆਹ ਤਰਿਆ ਹੋਇਆ ਕੁੜੀ ਦਾ, ਸੱਚੀ ਉਹਨੂੰ ਗੱਲ ਇਹ ਕਹਿਣੀ ਆ, ਕਹਿੰਦੇ ਭਾਣੇ ਦਾ ਫੋਨ ਆਇਆ, ਕਹਿੰਦੇ ਕੁੜੀ ਦਾ ਵਿਆਹ ਤਰਿਆ ਹੋਇਆ, ਮਾਂ ਬਾਪ ਕਿੱਥੋਂ ਪੈਸੇ ਲੈ ਕੇ ਆਵੇ, ਠੀਕ ਆ ਨਾ, ਉਹਨੂੰ ਕਹਿ ਦਾ ਵਿਆਹ ਤਰਿਆ ਹੋਇਆ, ਕਹਿੰਦੇ ਫਿਰ ਉਹ ਅੱਕਿਆ ਹੋਇਆ, ਕਹਿੰਦੇ ਊਂ ਨੀ ਚਾਹੁੰਦਾ ਕਿਸੇ ਨਾਲ ਵਿਗਾੜ ਪਾਉਣਾ, ਫਿਰ ਦਫ਼ਤਰ ਵੀ ਹੋਊ ਅੱਕਿਆ ਹੋਇਆ, ਉਹ ਜਿਹੜੀ ਕੁੜੀ ਦਾ ਉਹਨੇ ਵਿਆਹ ਤਰਿਆ, ਹੁਣ ਇਹ ਕੁੜੀ ਦਾ ਕਿੱਧਰ ਜਾਵੇ ਆਨੰਦ ਕਾਰਜ ਨੇ, ਇਹਦੇ ਦੱਸ ਦੇ ਹੁਣ ਮੈਸੇਜ ਮੇਰਾ, ਓਕੇ ਭੈਣੇ ਤੂੰ ਬੋਲਦਾ ਜੀ, ਆ ਕੁੜੀ ਦੇ ਪੈਸੇ ਨੇ, ਤੂੰ 1.5 ਲੱਖ ਹੀ ਪਾਇਆ ਸਾਡੇ ਫੋਨ ਤੋਂ ਬਾਅਦ, ਪੈਰੇ ਪੈਸੇ ਕਿਉਂ ਨੀ ਪਾਏ, ਬਿਜੀ ਚੱਲ ਰਹੇ ਨੇ ਉਹ, ਇੱਕ ਨਾ ਮੈਂ ਤੈਨੂੰ ਗੱਲ ਦੱਸਦਾ ਭੈਣ ਮੇਰੀ, ਮੈਨੂੰ ਨਾ ਤੁਸੀਂ ਇਹ ਨਾ ਗੱਲ ਕਰੋ 52 ਜਾਂ 62 ਦੇ ਵਿੱਚ ਸਿੱਧੀ ਗੱਲ ਕਹੋ, ਭਾਂਡ ਦੇ ਕੰਨਾਂ ਦੇ ਜਾ ਕੇ ਫੋਨ ਲਾਏ, ਭਾਂਡੇ ਸਿੱਧੂ ਦਾ ਫੋਨ ਆਇਆ, ਥੋੜੇ ਸਰਾਂ ਦੇ ਜਾ ਕੇ ਮੇਰੇ ਕੰਨ ਨਾਲ ਫੋਨ ਲਾ, ਭੈਣ ਮੇਰੀ ਸਾਡਾ ਕਿਹੜਾ ਲੋਕਾਂ ਦਾ ਘੱਟ ਉਹ ਕੰਮ ਹੈ, ਸਾਡੇ ਕੋਲੇ ਕਿਹੜਾ ਘੱਟ, ਅਸੀਂ ਤੁਸੀਂ ਕੰਮ ਥੱਕ ਤੁਸੀਂ ਲੋਕ ਰਹੇ ਸੁਲਝਾ, ਅਸੀਂ ਲੋਕਾਂ ਦਾ ਕੰਮ ਰਹੇ ਹਾਂ, ਇਹ ਸਾਡੇ ਮੂਹਰੇ ਤੁਹਾਡਾ ਐਟੀਟਿਊਡ ਨਹੀਂ ਚੱਲਣਾ ਵੀ ਅਸੀਂ ਦਫ਼ਤਰ ਦੇ ਵਿੱਚ ਸਾਡਾ ਜੀ ਸਾਰਾ ਬੌਸ ਨੇ ਸਾਡੇ, ਸਾਡੇ ਮੂਹਰੇ ਕੋਈ ਬੌਸ ਬੂਸ ਨਹੀਂ ਚੱਲਣਾ, ਮੈਨੂੰ ਇਨਫੋਰਮੇਸ਼ਨ ਦਾ ਕੋਈ ਨੀ, ਤੁਹਾਡੇ ਸਰਾਂ ਨੂੰ ਜਾਏ ਕਹਿ ਭਾਨੇ ਸਿੱਧੂ ਦਾ ਫੋਨ ਆਇਆ, ਬਸ ਗੱਲ ਖਤਮ, ਭੈਣ ਮੇਰੀ ਚੰਗਾ ਨਹੀਂ ਲੱਗਦਾ ਤੁਸੀਂ ਮੈਨੂੰ ਕਹਿੰਦੇ ਹੋ, ਤੁਸੀਂ ਉਹਨੂੰ ਲਾ ਸਾਡੀ ਤੁਸੀਂ ਇੱਜ਼ਤ ਡਾਊਨ ਕਰਦੇ ਹਾਂ, ਕਾ ਹਾਂਜੀ ਹਾਂਜੀ ਬੋਲੋ, ਕੋਈ ਨਾ ਮੇਰੀ ਗੱਲ ਸੁਣ, ਪੈਸੇ ਵਾਪਸ ਕਰ ਦੇ ਕੁੜੀ ਦੇ, ਕੱਲ ਮੇਰੀ ਗੱਲ ਸੁਣ ਕੇ ਬਲਵੀਰ ਕੌਣ ਹੈ, ਫਰੀਦਕੋਟ ਵਾਲਾ, ਫਰੀਦਕੋਟ ਵਾਲਾ ਜੀ, ਹੈਲੋ ਮੇਰੀ ਬੇਨਤੀ ਸੁਣ ਲਓ, ਸਾਹਮਣਾ ਸਮਝੀ ਨੀ ਕਹਿੰਦੇ ਉਹਨਾਂ ਵਿੱਚੋਂ ਕੋਈ ਹੈ ਨਹੀਂ, ਬੁੱਧਵਾਰ ਵੀਰਾ ਮੰਗ ਟਾਈਮ ਕੱਢ ਕੇ ਆਵੇ, ਕਿੱਡੀ ਗੱਲ ਆ, ਜੇ ਵੀਰੇ ਮੇਰੀ ਗੱਲ ਸੁਣਨਾ, ਜੇ ਅਸੀਂ ਇੱਥੇ ਆ ਕੇ ਫਿਰ 13 ਲੱਖ ਰੁਪਇਆ ਪਾ ਦੋ ਬਾਕੀ ਕਿਸ਼ਤਾਂ ਕਰ ਲਓ, ਜੇ ਹੁਣ ਅਸੀਂ ਇੱਥੇ ਆ ਕੇ ਫਿਰ ਟਾਈਮ ਕੱਢਿਆ ਤੂੰ ਚੱਲ 1 ਲੱਖ ਰੁਪਇਆ ਪਾਏਗਾ ਨਾ ਬੁੱਧਵਾਰ ਨੂੰ, 1 ਲੱਖ ਪਾਏਗਾ ਤੂੰ, ਬਸ ਤੈਨੂੰ ਮੈਂ ਕਹਿਤੀ ਗੱਲ।